11 ਮਾਰਚ ਨੂੰ ਮੋਗਾ ਦੀ ਪਾਸ ਕਲੋਨੀ ਵਿਦਾਤ ਨਗਰ ਤੋਂ ਦੋ ਲੁਟੇਰਿਆਂ ਵੱਲੋਂ ਇੱਕ ਮਹਿਲਾ ਤੋਂ ਉਸਦੇ ਘਰ ਦੇ ਬਾਹਰੋਂ ਇੱਕ ਬੈਗ ਲੁੱਟਣ ਦੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਨੇ ਉਸ ਦਿਨ ਤੋਂ ਹੀ ਲੁਟੇਰਿਆਂ ਦੀ ਤਲਾਸ਼ ਕਰ ਦਿੱਤੀ। ਨਹੀਂ, ਗਲਤ ਹੈ ਇਹ, ਕਿਸੇ ਨੇ ਗਲਤ ਦੱਸਿਆ ਗਿਆ, ਕਿਉਂਕਿ ਉਹਦੇ ਵਿੱਚ ਮੌਕੇ ਦੇ ਉੱਤੇ ਮੈਂ ਵੀ ਮੌਕੇ 'ਤੇ ਗਿਆ ਸੀ, ਸਾਡੇ ਮਾਨਯੋਗ ਐਸ ਪੀ ਇਨਵੈਸਟੀਗੇਸ਼ਨ ਜਿਹੜੇ ਨੇ ਪਰਮਾਰ ਸਾਹਿਬ, ਉਹ ਵੀ ਮੌਕੇ 'ਤੇ ਆਏ ਸੀਗੇ। ਅਸੀਂ ਕਾਫੀ, ਜਿਵੇਂ ਤੁਹਾਨੂੰ ਮੈਂ ਪਹਿਲਾਂ ਬੋਲਿਆ, ਸਾਇੰਟਿਫਿਕ ਤਰੀਕੇ ਨਾਲ ਅਸੀਂ ਕੁਛ ਮੋਬਾਈਲ ਫੋਨਾਂ ਦੀ ਮਦਦ ਲਈ, ਜਿਹੜੇ ਸੀ ਸੀ ਟੀ ਵੀ ਕੈਮਰੇ ਲੱਗੇ ਨੇ ਉਹਨਾਂ ਦੀ ਮਦਦ ਲਈ ਅਸੀਂ ਫਿਰ ਇਹਨਾਂ ਨੂੰ ਟਰੇਸ ਕਰਨ 'ਚ ਅਸੀਂ ਕਾਮਯਾਬੀ ਹਾਸਲ ਕੀਤੀ। ਫਿਰ ਜਿਹੜਾ ਦੋਸ਼ੀ ਸੀ, ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ, ਅਸੀਂ ਇਹਨਾਂ ਦੇ ਘਰਾਂ 'ਤੇ ਰੇਡ ਕੀਤੇ ਅਤੇ ਇਹ ਜਿਹੜਾ ਅਸੀਂ ਸ਼ਹਿਰ ਛੱਡ ਕੇ ਜਾ ਚੁੱਕੇ ਸੀ, ਫਿਰ ਇਹ ਜਿਹੜਾ ਕੱਲ੍ਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ। ਇਹ ਜਿਹੜਾ ਬੋਬੀ ਹੈ ਜੀ, ਇਹ ਇੱਕ ਪਾਰਸਲ ਦੇ ਬਹੁਤ ਕਰੀਬੀ ਆ, ਉਹਦਾ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ, ਮੈਨੂੰ ਇਹਦੇ ਬਾਰੇ, ਜਿਹਦੇ ਕਰਕੇ ਜਿਹੜਾ ਵੀ ਇਹ ਅੱਠ। ਬੀਤੇ ਦਿਨ ਪੁਲਿਸ ਨੇ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਕਬਜ਼ੇ ਤੋਂ 15 ਤੋਲੇ ਸੋਨਾ ਅਤੇ ਨਗਦੀ, ਜੋ ਇਹਨਾਂ ਨੇ ਮਹਿਲਾ ਤੋਂ ਲੁੱਟਿਆ ਸੀ, ਉਹ ਵੀ ਬਰਾਮਦ ਕਰ ਲਿਆ ਹੈ। ਡੀਐਸਪੀ ਨੇ ਇਹ ਵੀ ਦੱਸਿਆ ਕਿ ਇਹਨਾਂ 'ਚੋਂ ਇੱਕ ਦੋਸ਼ੀ, ਜੋ ਕਿ ਪਹਿਲਾਂ ਤੋਂ ਹੀ ਮੁਜਰਮ ਹੈ, ਉਸ 'ਤੇ ਕਈ ਮਾਮਲੇ ਦਰਜ ਹਨ ਅਤੇ ਉਹ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਪਿਛਲੀ 11 ਤਰੀਕ ਨੂੰ ਇੱਥੇ ਇੱਕ ਲੇਡੀ ਦਿਨ ਦੇ ਵਿੱਚ ਬੈਂਕ ਦੇ ਵਿੱਚ ਆਪਣੇ ਲੋਕਰ ਦੇ ਵਿੱਚੋਂ ਕੁਛ ਜੇਵਰਾਤ ਲੈ ਕੇ ਘਰ ਨੂੰ ਜਾ ਰਹੀ ਸੀ, ਅਤੇ ਜਦੋਂ ਆਪਣੇ ਘਰ ਦੇ ਗੇਟ 'ਤੇ ਪਹੁੰਚੀ ਤਾਂ ਪਿੱਛੋਂ ਕੁਛ ਨਾਮ ਨੂਮ ਦੋ ਵਿਅਕਤੀ ਮੋਟਰਸਾਈਕਲ ਸਵਾਰ ਆਏ। ਉਹਨਾਂ ਦੇ ਵਿੱਚੋਂ ਉਹਨਾਂ ਨੇ ਝਪਟ ਮਾਰ ਕੇ ਉਹਦਾ ਜਿਹੜਾ ਗੋਲਡ ਵਾਲਾ ਲਿਫਾਫਾ ਸੀ ਉਹਨੂੰ ਖੋਹ ਕੇ ਲੈ ਗਏ, ਤਾਂ ਉਹ ਉਹਨਾਂ ਦੇ ਬਿਆਨ 'ਤੇ ਅਸੀਂ ਪਰਚਾ ਦਰਜ ਕਰਕੇ ਦੀ ਤਫਤੀਸ਼ ਜਿਹੜੀ ਆ ਉਹ ਅਮਲ ਵਿੱਚ ਲਿਆਂਦੀ ਸੀ, ਅਤੇ ਬੜੇ ਸਾਇੰਟੀਫਿਕ ਤਰੀਕੇ ਨਾਲ ਤਫਤੀਸ਼ ਜਿਹੜੀ ਆ ਉਹ ਸਾਡੇ SHO ਪਰਵਿੰਦਰ ਸਿੰਘ ਉਹਨਾਂ ਨੇ ਅਮਲ ਵਿੱਚ ਲਿਆ ਕੇ ਅਤੇ ਜਿਹੜੇ ਦੋਸ਼ੀਆਂ ਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ। ਅਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਵਿੱਚ ਸੰਦੀਪ ਸਿੰਘ ਉਰਫ ਸੀਪਾ ਅਤੇ ਪਨੀਤ ਉਰਫ ਬੌਬੀ, ਜਿਹੜੇ ਮੋਗੇ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦੇ ਕੋਲੋਂ ਸਾਰਾ ਗੋਲਡ ਅਤੇ ਇੱਕ ਉਹ ਲੇਡੀ ਦਾ ਮੋਬਾਈਲ ਫੋਨ ਅਤੇ ਉਹਦੇ ਜਿਹੜੀ ਮੋਟਰਸਾਈਕਲ 'ਤੇ ਉਹਨਾਂ ਨੇ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਅਸੀਂ ਇਹਦਾ ਇਹਨਾਂ ਦੇ ਕਬਜ਼ੇ 'ਚ ਬਰਾਮਦ ਕੀਤਾ। ਸਰ ਕਿੰਨਾ ਗੋਲਡ ਹੈ ਇਹ? ਗੋਲਡ ਕਰੀਬ ਜਿਹੜਾ 12 ਤੋਲੇ ਗੋਲਡ ਸੀ ਜਿਹੜਾ ਇਹਨਾਂ ਤੋਂ ਖੋਇਆ ਗਿਆ ਸੀ, ਉਹ ਸਾਰਾ ਗੋਲਡ ਬਰਾਮਦ ਹੋ ਚੁੱਕਾ। ਅਤੇ ਅੱਜ ਅਸੀਂ ਕੱਲ੍ਹ ਇਹਨਾਂ ਦੀ ਗ੍ਰਿਫਤਾਰ ਕਰਕੇ ਅੱਜ ਅਸੀਂ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਅਤੇ ਹੋਰ ਵੀ ਇਹਨਾਂ ਤੋਂ ਕੋਈ ਨਾ ਕੋਈ ਜਿਹੜਾ ਸਾਨੂੰ ਪ੍ਰੀਵੀਅਸ ਰਿਕਾਰਡ ਇਹਨਾਂ ਦਾ, ਇੱਕ ਇਹਨਾਂ ਦੇ ਕੁਛ ਨਸ਼ੇ ਦੇ ਪਰਚੇ ਦਰਜ ਨੇ ਇੱਕ ਲੜਕੇ 'ਤੇ, ਦੂਸਰੇ ਦੇ ਖਿਲਾਫ਼ ਕੋਈ ਪਰਚਾ ਦਰਜ ਨਹੀਂ ਹੈ। ਪਰ ਅਜੇ ਇਹਨਾਂ ਦੇ ਹੋਰ ਇਹਨਾਂ ਨੇ ਕੀ ਵਾਰਦਾਤਾਂ ਕੀਤੀਆਂ ਨੇ ਇਹ ਇਹਨਾਂ ਦੀ ਪੁੱਛਗਿੱਛ ਰਿਮਾਂਡ ਲੈ ਕੇ। ਇਹ ਇੱਕ ਦੇ ਦੱਸਣ ਮੁਤਾਬਕ ਜਿਹੜਾ ਕਲਾਸ 4 ਦੀ ਨੌਕਰੀ ਕਰਦਾ ਹੈਲਥ ਵਿਭਾਗ ਦੇ ਵਿੱਚ, ਦੂਸਰਾ ਜਿਹੜਾ ਉਹ ਵਿਹਲਾ ਹੀ ਹੈ। ਕਿੱਥੋਂ ਫੜੇ ਗਏ ਸਰ? ਇਹ ਇੱਥੇ ਸ਼ਹਿਰ 'ਚ ਫੜੇ ਹੈ ਜੀ। ਦੱਸ ਦਈਏ ਕਿ ਦੋਵੇਂ ਆਰੋਪੀ ਸਿਹਤ ਵਿਭਾਗ 'ਚ ਦਰਜਾ ਨੰਬਰ 4 ਦੇ ਮੁਲਾਜ਼ਮ ਹਨ। ਮੋਗੇ ਤੋਂ ਬਿੱਟੂ ਪੂਰਬਾ, ਖਬਰ ਹਰਪਾਲ ਇੰਡੀਆ ਲਈ।